ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਉੱਤੇ ਕੇਂਦਰਿਤ ਇਸ ਖਾਸ ਲੜੀ ਦੇ ਵਿੱਚ ਅੱਜ ਦੇ ਵੀਡੀਓ ਨੂੰ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਹਾਜ਼ਰ ਹਾਂ ਅਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਆਪਣੀ ਗੱਲ ਨੂੰ ਤੋਰਾਂਗਾ ਬੀਤੇ ਉਸ ਵੀਡੀਓ ਜਾਂ ਉਸ ਰਿਪੋਰਟ ਤੋਂ ਅੱਗੇ ਜਿੱਥੇ ਕਿ ਗੱਲ ਹੋਈ ਸੀ ਬਹੁਤ ਵਿਸਤਾਰ ਦੇ ਵਿੱਚ ਉਸ ਨਿਰੰਕਾਰੀ ਕਾਂਡ ਦੀ 13 ਅਪ੍ਰੈਲ 1978 ਦਾ ਉਹ ਨਿਰੰਕਾਰੀ ਕਾਂਡ ਵਿੱਚ ਕਈ ਸਿੰਘ ਅਤੇ ਸਿੱਖ ਪ੍ਰਦਰਸ਼ਨਕਾਰੀਆਂ ਦੀ ਹੋਈ ਮੌਤ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਨਿਰੰਕਾਰੀਆਂ ਦੇ ਖਿਲਾਫ ਇੱਕ ਮਾਹੌਲ ਬਣਦਾ ਹੈ ਸਰਕਾਰਾਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਉਹਨਾਂ ਦੇ ਹੱਕ ਵਿੱਚ ਖੜੀ ਹੋਈ ਭੁਗਤਦੀ ਹੋਈ ਨਜ਼ਰ ਆਉਂਦੀ ਹੈ ਲੇਕਿਨ ਥਾਂ ਥਾਂ 'ਤੇ ਉਹਨਾਂ ਦੇ ਵਿਰੋਧ ਪ੍ਰਦਰਸ਼ਨ ਵੀ ਹੁੰਦੇ ਨੇ ਬਾਅਦ ਦੇ ਵਿੱਚ ਬੱਬਰਾਂ ਨੇ ਇਸ ਪੂਰੀ ਸਥਿਤੀ ਨੂੰ ਆਪਣੇ ਹੱਥ ਵਿੱਚ ਲੈ ਕੇ ਬਹੁਤ ਸੇ ਨਿਰੰਕਾਰੀ ਜਿਹੜੇ ਸਮਰਥਕ ਸਨ ਜਾਂ ਆਗੂ ਸਨ ਉਹਨਾਂ ਨੂੰ ਮਾਰਨਾ ਵੀ ਸ਼ੁਰੂ ਕੀਤਾ ਇਹ ਸਾਰੀ ਗੱਲਾਂ ਬਾਤਾਂ ਆਪਾਂ ਕਰ ਚੁੱਕੇ ਹਾਂ ਲੇਕਿਨ ਇਸੇ ਵੀਡੀਓ ਦੇ ਵਿੱਚ ਉਹਦੇ ਦਾਇਰੇ ਦੇ ਵਿੱਚ ਮੈਂ ਗੱਲ ਕੀਤੀ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਦੇ ਉਭਾਰ ਦੀ ਯਾਨੀ ਕਿ ਉਹ ਉਭਾਰ ਜੋ ਕਿ ਇਸ ਕਾਂਡ ਤੋਂ ਪਹਿਲਾਂ ਇੱਕ ਸਿੱਖ ਪ੍ਰਚਾਰਕ ਦੇ ਰੂਪ ਵਿੱਚੋਂ ਕੰਮ ਕਰ ਰਹੇ ਸਨ ਲੇਕਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਇਸ ਘਟਨਾ ਤੋਂ ਬਾਅਦ ਜਾਂ ਜੋ ਪੋਜੀਸ਼ਨ ਉਹਨਾਂ ਨੇ ਇਸ ਘਟਨਾ ਦੇ ਦੌਰਾਨ ਲਈ ਜਿਸ ਤਰੀਕੇ ਨਾਲ ਉਹਨਾਂ ਨੇ ਖੁੱਲ੍ਹ ਕੇ ਨਿਰੰਕਾਰੀਆਂ ਦੇ ਖਿਲਾਫ ਨਾ ਸਿਰਫ ਬੋਲਿਆ ਬਲਕਿ ਇੱਕ ਪੋਜੀਸ਼ਨ ਲੈਂਦਿਆਂ ਹੋਇਆ ਇੱਕ ਮੋਰੀ ਆਗੂ ਦੇ ਰੂਪ ਵਿੱਚ ਇਸ ਪੂਰੀ ਮੁਹਿੰਮ ਨੂੰ ਅੱਗੇ ਤੋਰਿਆ ਜਿਸ ਨੇ ਬਾਅਦ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਤਬਦੀਲ ਹੋਣਾ ਸੀ ਲੇਕਿਨ ਇਸ ਦੌਰਾਨ ਇੱਕ ਹੋਰ ਐਸਾ ਘਟਨਾਕ੍ਰਮ ਜੋ ਕਿ ਸਾਲ 1981 ਦਾ ਹੈ ਇਹ ਘਟਨਾਕ੍ਰਮ 9 ਸਤੰਬਰ 1981 ਦਾ ਹੈ ਮੈਂ ਜ਼ਿਕਰ ਲਾ ਆਖਰੀ ਵੀਡੀਓ ਦੇ ਵਿੱਚ ਕੀਤਾ ਸੀ ਕਿਸ ਤਰੀਕੇ ਨਾਲ 24 ਅਪ੍ਰੈਲ 1980 ਨੂੰ ਬਾਬਾ ਗੁਰਬਚਨ ਸਿੰਘ ਜੋ ਕਿ ਨਿਰੰਕਾਰੀਆਂ ਦੇ ਮੁਖੀ ਸਨ ਇਸ ਨਿਰੰਕਾਰੀ ਕਾਂਡ 1978 ਦੇ ਮੌਕੇ ਅੰਮ੍ਰਿਤਸਰ ਦੇ ਉਸ ਸਮਾਗਮ ਦੇ ਵਿੱਚ ਵੀ ਉਹ ਮੌਜੂਦ ਸਨ ਉਹਨਾਂ ਨੂੰ ਕਿਵੇਂ ਦਿੱਲੀ ਦੇ ਵਿੱਚ ਭਾਈ ਰਣਜੀਤ ਸਿੰਘ ਜੋ ਕਿ ਬਾਅਦ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਉਹਨਾਂ ਨੇ 24 ਅਪ੍ਰੈਲ 1980 ਨੂੰ ਮਾਰ ਦਿੱਤਾ ਸੀ ਉਸ ਤੋਂ ਬਾਅਦ ਇੱਕ ਲੰਬਾ ਚੌੜਾ ਕੇਸ ਚੱਲਿਆ ਜਿਸ ਵਿੱਚ ਕਿ ਬਾਅਦ ਦੇ ਵਿੱਚ ਜਥੇਦਾਰ ਰਣਜੀਤ ਸਿੰਘ ਬਰੀ ਵੀ ਹੋਏ ਲੇਕਿਨ ਅੱਜ ਅਸੀਂ ਗੱਲ ਕਰਾਂਗੇ 9 ਸਤੰਬਰ ਯਾਨੀ ਕਿ 1980 ਤੋਂ ਬਾਅਦ 24 ਅਪ੍ਰੈਲ 1980 ਤੋਂ ਬਾਅਦ ਦੇ ਇੱਕ ਬਹੁਤ ਵੱਡੇ ਘਟਨਾਕ੍ਰਮ ਦੀ ਹਾਲਾਂਕਿ 80 ਤੋਂ ਲੈ ਕੇ 81 ਦਾ ਫੇਸ ਵੀ ਬਹੁਤ ਟਰਬੂਲੈਂਟ ਭਰਿਆ ਸੀਗਾ ਟਰਬੂਲੈਂਸ ਸੀ ਇਹਦੇ ਵਿੱਚ ਬਹੁਤ ਜ਼ਿਆਦਾ ਤਣਾਅ ਦਾ ਮਾਹੌਲ ਸੀ ਅਤੇ ਉਸ ਵਕਤ ਦਰਬਾਰਾ ਸਿੰਘ ਦੀ ਸਰਕਾਰ ਆ ਚੁੱਕੀ ਸੀ ਪੰਜਾਬ ਦੇ ਵਿੱਚ 1980 ਦਾ ਜਦੋਂ ਚੋਣ ਹੁੰਦਾ ਇਲੈਕਸ਼ਨ ਹੁੰਦਾ ਹੈ ਦਰਬਾਰਾ ਸਿੰਘ ਦੀ ਜਿਹੜੀ ਸਟ੍ਰੈਟਜੀ ਸੀ ਜਾਂ ਉਹਨਾਂ ਦੀ ਜਿਹੜੀ ਇੱਕ ਨੀਤੀ ਸੀ ਉਹ ਟੋਟਲੀ ਦਮਨ ਦੀ ਸੀ ਉਹਨਾਂ ਨੇ ਭਿੰਡਰਾਂਵਾਲਾ ਅਤੇ ਉਹਨਾਂ ਦੇ ਜਿਹੜੇ ਸਮਰਥਕ ਆ ਈਵਨ ਅਕਾਲੀ ਦਲ ਨੂੰ ਉਹਨਾਂ ਨੇ ਖੂਬ ਟਾਰਗੇਟ ਕੀਤਾ ਅਤੇ ਖਾਸ ਕਰਕੇ ਭਿੰਡਰਾਂਵਾਲਾ ਦੇ ਸਮਰਥਕ ਜਿਹੜੇ ਦਰਬਾਰਾ ਸਿੰਘ ਸਰਕਾਰ ਦੇ ਨਿਸ਼ਾਨੇ 'ਤੇ ਰਹੇ ਅਤੇ ਬਹੁਤ ਸੇ ਐਸੇ ਮੌਕੇ ਜਦੋਂ ਕੋਈ ਵੀ ਹਿੰਸਕ ਐਸੀ ਵਾਰਦਾਤ ਹੋਈ ਤਾਂ ਕੋਸ਼ਿਸ਼ ਪਹਿਲੀ ਇਹੀ ਰਹੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹਨਾਂ ਨੂੰ ਉਸ ਦੇ ਵਿੱਚ ਇਨਵੋਲਵ ਕੀਤਾ ਜਾਏ ਜਾਂ ਫਿਰ ਕਿਤੇ ਨਾ ਕਿਤੇ ਉਹਨਾਂ ਦੀ ਭੂਮਿਕਾ ਆਵੇ ਜੋ ਕਿ ਬਹੁਤ ਸੀ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਆ ਪਈ ਅਤੇ ਇੱਕ ਰਿਕਾਰਡ ਦਾ ਵਿਸ਼ਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਖਿਲਾਫ ਕੋਈ ਵੀ ਐਸਾ ਅਪਰਾਧਿਕ ਮਾਮਲਾ ਦਰਜ ਨਹੀਂ ਸੀ ਹੋ ਪਾਇਆ ਜਿਸ ਦਾ ਸਦਕਾ ਉਹਨਾਂ ਦੇ ਖਿਲਾਫ ਕੋਈ ਗ੍ਰਿਫਤਾਰੀ ਤੱਕ ਦਾ ਵੀ ਸਬਬ ਬਣਦਾ ਲੇਕਿਨ ਪਹਿਲਾ ਇਹੋ ਜਿਹਾ ਮੌਕਾ ਜਦੋਂ ਆਇਆ ਉਹ ਸੀ 9 ਸਤੰਬਰ 1981 ਦੀ ਉਹ ਘਟਨਾ ਜਿਸ ਦੇ ਵਿੱਚ ਕਿ ਲਾਲਾ ਜਗਤ ਨਾਰਾਇਣ ਜੋ ਕਿ ਪੰਜਾਬ ਕੇਸਰੀ ਜਗਬਾਣੀ ਜਿਹੜੇ ਸਮੂਹ ਦੇ ਸੰਸਥਾਪਕ ਵੀ ਸਨ ਲਾਲਾ ਜਗਤ ਨਾਰਾਇਣ ਉਹ ਸ਼ਖਸੀਅਤ ਜੋ ਕਿ ਬੇਸਿਕਲੀ ਲਾਹੌਰ ਤੋਂ ਸਨ ਲੇਕਿਨ ਆਜ਼ਾਦੀ ਅਤੇ ਵੰਡ ਤੋਂ ਬਾਅਦ ਅਤੇ ਉਸ ਤੋਂ ਬਾਅਦ ਦੇ ਤਕਰੀਬਨ ਬਹੁਤ ਸੇ ਸਾਲਾਂ ਦੇ ਵਿੱਚ ਉਹਨਾਂ ਨੇ ਬਹੁਤ ਅਹਿਮ ਜਿਹੜੀਆਂ ਭੂਮਿਕਾਵਾਂ ਅਦਾ ਕੀਤੀਆਂ ਸਨ ਈਵਨ ਦੇਸ਼ ਦੀ ਵੰਡ ਦੇ ਮੌਕੇ ਜਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿਹੜੀ ਉਸ ਇੱਕ ਲੜਾਈ ਲੜੀ ਗਈ ਦੇਸ਼ ਦੀ ਸੁਤੰਤਰਤਾ ਦੀ ਜਿਹੜੀ ਲੜਾਈ ਸੀ ਉਸ ਵਿੱਚ ਵੀ ਉਹਨਾਂ ਨੇ ਕਈ ਸਾਲ ਜੇਲ੍ਹਾਂ ਕੱਟੀਆਂ ਇੱਕ ਬਹੁਤ ਹੀ ਅਹਿਮ ਭੂਮਿਕਾ ਲਾਲਾ ਜਗਤ ਨਾਰਾਇਣ ਦੀ ਸੀ ਲੇਕਿਨ ਕਿਤੇ ਨਾ ਕਿਤੇ ਨਿਰੰਕਾਰੀ ਕਾਂਡ ਅਤੇ ਉਸ ਤੋਂ ਪਹਿਲਾਂ ਵੀ ਅਤੇ ਉਸ ਤੋਂ ਬਾਅਦ ਵੀ ਕਾਫੀ ਹੱਦ ਤੱਕ ਜਿਹੜੀ ਇੱਕ ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ 1973 ਤੋਂ ਬਾਅਦ ਇੱਕ ਮੂਵਮੈਂਟ ਤੁਰ ਰਹੀ ਸੀ ਪੰਜਾਬੀ ਸੂਬੇ ਦੀ ਗੱਲ ਜਾਂ ਪੰਜਾਬੀ ਬੋਲੀ ਦੀ ਗੱਲ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਿਤੇ ਨਾ ਕਿਤੇ ਇਸ ਚੀਜ਼ ਨੇ ਇੱਕ ਪਾੜ ਜਿਹੜਾ ਹੈ ਉਸ ਨੂੰ ਪਾਉਣਾ ਸ਼ੁਰੂ ਕਰਤਾ ਸੀ ਹਾਲਾਂਕਿ ਇਸ ਦੀ ਜਿਹੜੇ ਪੂਰਾ ਓਰੀਜਨ ਜਾਂ ਇਸ ਦੇ ਜਿਹੜਾ ਆਧਾਰ ਹੈ 1947 ਤੋਂ ਲੈ ਕੇ 1967 ਦੇ ਵਿੱਚ ਅਸੀਂ ਪੂਰੀ ਪੰਜਾਬੀ ਸੂਬਾ ਮੂਵਮੈਂਟ ਨੂੰ ਆਪਾਂ ਸਟੱਡੀ ਕਰੀਏ ਉਹਨਾਂ ਦੋ ਦਹਾਕਿਆਂ ਦੇ ਵਿੱਚ ਜਦ ਤੋਂ ਪੰਜਾਬ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ ਅਤੇ ਜਦ ਤੋਂ ਪੰਜਾਬ ਰੀਆਰਗਨਾਈਜੇਸ਼ਨ ਹੋਈ ਪੰਜਾਬ ਦਾ ਸੂਬਾ ਬਣਿਆ 1967 ਦੇ ਵਿੱਚ ਇਹ 20 ਸਾਲਾਂ ਦੇ ਵਿੱਚ ਐਸੇ ਬਹੁਤ ਸੇ ਘਟਨਾਵਾਂ ਐਸੇ ਬਹੁਤ ਸੇ ਕਾਰਨ ਬਣ ਚੁੱਕੇ ਸਨ ਵੀ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਵੱਸਦੇ ਸਨ ਉਹਨਾਂ ਦੇ ਮਨ ਦੇ ਵਿੱਚ ਇੱਕ ਐਸੀ ਭਾਵਨਾ ਆ ਚੁੱਕੀ ਸੀ ਉਸ ਨੂੰ ਲਗਾਤਾਰ ਸਿਆਸੀ ਪਾਰਟੀਆਂ ਵੱਲੋਂ ਵੀ ਹਵਾ ਦਿੱਤੀ ਗਈ ਠੀਕ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਸਿੱਖਾਂ ਦੇ ਸਰੋਕਾਰਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਹਵਾਵਾਂ ਦਿੱਤੀਆਂ ਜਾਂਦੀਆਂ ਰਹੀਆਂ ਨੇ ਚਾਹੇ ਉਹ ਫਿਰ ਅਕਾਲੀ ਦਲ ਇੱਕ ਪਾਸੇ ਹੋਵੇ ਜਾਂ ਫਿਰ ਜਨਸੰਘ ਹੋਵੇ ਲੇਕਿਨ ਇਹ ਦੋਵੇਂ ਪਾਰਟੀਆਂ ਇੱਕ ਐਸੇ ਖਤਰਨਾਕ ਅੱਗ ਦੇ ਨਾਲ ਖੇਲਦੀਆਂ ਹੋਈ ਨਜ਼ਰ ਆਈਆਂ ਜਿਸ ਨੇ ਕਿ ਹਿੰਦੂਆਂ ਦੇ ਮਨਾਂ ਦੇ ਵਿੱਚ ਵੀ ਇੱਕ ਐਸੀ ਭਾਵਨਾ ਪੈਦਾ ਕਰਤੀ ਸੀ ਅਤੇ ਹਿੰਦੂਆਂ ਨੇ 1961 ਦਾ ਸੈਂਸਸ ਦੱਸਿਆ ਜਾਂਦਾ ਉਸ ਦੇ ਵਿੱਚ ਤਾਂ ਬਹੁਤ ਸੇ ਐਸੇ ਹਿੰਦੂ ਸਨ ਜਿਨ੍ਹਾਂ ਨੇ ਕਿ ਆਪਣੀ ਜਿਹੜੀ ਮਾਂ ਬੋਲੀ ਹੈ ਉਸ ਨੂੰ ਪੰਜਾਬੀ ਦੀ ਥਾਂ ਪੰਜਾਬੀ ਲਿਖਵਾਉਣ ਦੀ ਥਾਂ ਹਿੰਦੀ ਇਸ ਵਾਸਤੇ ਲਿਖਵਾਤਾ ਸੀ ਬਿਕੋਜ਼ ਉਹਨਾਂ ਨੂੰ ਇਹੋ ਜਿਹੀ ਕਾਲ ਆਈ ਸੀ ਲੀਡਰਾਂ ਵੱਲੋਂ ਇਹ ਕਿਹਾ ਗਿਆ ਸੀਗਾ ਵੀ ਜੇ ਤੁਸੀਂ ਹਿੰਦੀ ਨਹੀਂ ਆਪਣੀ ਮਾਂ ਬੋਲੀ ਲਿਖਵਾਓਗੇ ਤਾਂ ਇਹ ਪੰਜਾਬੀ ਸੂਬਾ ਤੁਹਾਡੇ ਹੱਥੋਂ ਨਿਕਲ ਜਾਏਗਾ ਹਿੰਦੂ ਇੱਥੋਂ ਦਾ ਵਸਨੀਕ ਨਹੀਂ ਰਹੇਗਾ ਇਹ ਤਮਾਮ ਕਿਸਮ ਦੀਆਂ ਗੱਲਾਂ ਬਾਤਾਂ ਸਨ ਸੋ ਬਹੁਤ ਸੇ ਹਿੰਦੂਆਂ ਨੇ ਅਲੱਗ ਅਲੱਗ ਜਿਹੜੇ ਮਰਦਮਸ਼ੁਮਾਰੀਆਂ ਹੋਈਆਂ ਉਹਨਾਂ ਦੇ ਵਿੱਚ ਆਪਣੀਆਂ ਜਿਹੜੀ ਆਪਣੀ ਮਾਂ ਬੋਲੀ ਸੀ ਜੋ ਕਿ ਆਪਣੀ ਮਦਰ ਟੰਗ ਜਿਸ ਨੂੰ ਆਪਾਂ ਕਹਿੰਦੇ ਹਾਂ ਉਸ ਨੂੰ ਹਿੰਦੀ ਦਰਜ ਕਰਾਇਆ ਜਦਕਿ ਉਹਨਾਂ ਦੀ ਮਦਰ ਟੰਗ
ਸੋ ਇੱਕ ਪੂਰਾ ਮਾਹੌਲ ਜਿਹੜਾ ਹੈ ਉਹ 1967 ਤੋਂ ਬਾਅਦ ਹੀ ਤਿਆਰ ਸੀ, ਲੇਕਿਨ 1978 ਆਉਂਦੇ ਆਉਂਦਿਆਂ ਅਤੇ ਜਿਹੜਾ ਖੂਨੀ ਕਾਂਡ ਹੋਇਆ, ਨਿਰੰਕਾਰੀ ਕਾਂਡ ਜਿਸ ਨੂੰ ਆਪਾਂ ਕਹਿੰਦੇ ਹਾਂ, ਉਸ ਵਕਤ ਆਉਂਦਿਆਂ ਆਉਂਦਿਆਂ ਇਸਦਾ ਇੱਕ ਪੂਰਾ ਬੇਸ ਇੱਕ ਵੱਖਰੀ ਰੂਪਰੇਖਾ ਲੈਂਦਾ ਹੋਇਆ ਨਜ਼ਰ ਆ ਰਿਹਾ ਸੀ। ਅਤੇ ਉਸ ਦਿਨ ਜਦੋਂ ਇਹ ਖੂਨੀ ਸਾਕਾ ਹੁੰਦਾ ਹੈ ਅੰਮ੍ਰਿਤਸਰ ਦੇ ਵਿੱਚ ਨਿਰੰਕਾਰੀ ਕਾਂਡ, ਉਸ ਵਕਤ ਲਾਲਾ ਜਗਤ ਨਰਾਇਣ ਜੋ ਕਿ ਬਹੁਤ ਹੀ ਇੱਕ ਰਿਸਪੈਕਟੇਬਲ ਫਿਗਰ ਸਨ, ਉਹ ਬਹੁਤ ਹੀ ਉੱਗੀ ਹੋਈ ਸ਼ਖਸੀਅਤ ਸਨ, ਉਹ ਬਹੁਤ ਹੀ ਆਲਾ ਦਰਜੇ ਦੇ ਇੱਕ ਇੰਟਲੈਕਚੁਅਲ ਵਿੱਚੋਂ ਮੰਨੇ ਜਾਂਦੇ ਸਨ, ਜਿਨ੍ਹਾਂ ਨੇ ਕਿ ਹਿੰਦੂਆਂ ਦੇ ਕੌਜ਼ ਲਈ ਪੰਜਾਬ ਦੇ ਵਿੱਚ ਪੰਜਾਬੀ ਹਿੰਦੂਆਂ ਲਈ ਇੱਕ ਬਹੁਤ ਲੰਬਾ ਚੌੜੀ ਜਿਹੜੀ ਭੂਮਿਕਾ ਅਦਾ ਕੀਤੀ ਸੀ। ਅਤੇ ਉਹਨਾਂ ਦੇ ਪੈਰੋਕਾਰ ਦੇ ਰੂਪ ਵਿੱਚ ਉਹਨਾਂ ਨੂੰ ਬਹੁਤ ਇੱਜ਼ਤ ਅਤੇ ਸਨਮਾਨ ਦਿੱਤਾ ਜਾਂਦਾ ਸੀ। ਕਿਤੇ ਨਾ ਕਿਤੇ ਉਹਨਾਂ ਦੀਆਂ ਨੇੜਤਾਵਾਂ ਨਿਰੰਕਾਰੀਆਂ ਦੇ ਨਾਲ ਵੀ ਸੀ। ਅਤੇ ਉਸ ਦਿਨ ਉਹ ਸਮਾਗਮ ਦੇ ਮੌਕੇ ਦੱਸਿਆ ਜਾਂਦਾ ਵੀ ਲਾਲਾ ਜਗਤ ਨਾਰਾਇਣ ਜਿਹੜੇ ਸਨ ਉਹਨਾਂ ਦੇ ਵੱਲੋਂ ਵੀ ਇੱਕ ਬਹੁਤ ਅਹਿਮ ਬਤੌਰ ਇੱਕ ਚਸ਼ਮਦੀਦ ਵੀ ਇੱਕ ਗਵਾਹੀ ਦਿੱਤੀ ਗਈ ਸੀ, ਜੋ ਕਿ ਬਾਅਦ ਦੇ ਵਿੱਚ ਇਸ ਪੂਰੇ ਕਾਂਡ ਜਾਂ ਉਹ ਜਿਹੜਾ ਹਿੰਸਾ ਹੋਈ ਸੀ ਨਿਰੰਕਾਰੀ ਕਾਂਡ ਵਾਲੀ, ਉਸ ਦੇ ਵਿੱਚ ਇੱਕ ਅਹਿਮ ਗਵਾਹੀ ਦੇ ਰੂਪ ਵਿੱਚ ਉਸਨੂੰ ਦਰਜ ਕੀਤਾ ਗਿਆ। ਅਤੇ ਇਹੀ ਇੱਕ ਗੁੱਸੇ ਦਾ ਕਾਰਨ ਵੀ ਸੀ ਜਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜੋ ਕਿ ਲਗਾਤਾਰ ਇਹ ਮੰਨਦੇ ਰਹੇ ਵੀ ਲਾਲਾ ਜਗਤ ਨਾਰਾਇਣ ਜਿਹੜੇ ਸਨ ਉਹ ਸਿੱਖਾਂ ਦੇ ਖਿਲਾਫ਼ ਹੈਗੇ ਨੇ। ਅਤੇ ਬਹੁਤ ਸੇ ਐਸੇ ਆਰਟੀਕਲ ਅਤੇ ਐਡੀਟੋਰੀਅਲ ਲਾਲਾ ਜਗਤ ਨਾਰਾਇਣ ਵੱਲੋਂ ਲਿਖੇ ਗਏ, ਜਿਸ ਵਿੱਚ ਕਿ ਤਕਰੀਬਨ ਇੱਕ ਬਿਲਕੁਲ ਵੱਖਰਾ ਸਟੈਂਡ ਲਿੱਤਾ ਜਾਂਦਾ ਰਿਹਾ। ਅਤੇ ਇਹ ਗੱਲਬਾਤ ਇਸ ਹੱਦ ਤੱਕ ਜਿਹੜੀ ਕੁੜੱਤਨ ਵੱਧ ਚੁੱਕੀ ਸੀ ਵੀ ਆਪਸ ਦੇ ਵਿੱਚ ਪਬਲਿਕਲੀ ਲਾਲਾ ਜਗਤ ਨਾਰਾਇਣ ਆਪਣੇ ਐਡੀਟੋਰੀਅਲਸ ਜਾਂ ਆਪਣੀਆਂ ਲੇਖਣੀਆਂ ਦੇ ਜ਼ਰੀਏ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੀਆਂ ਸਪੀਚਾਂ ਦੇ ਜ਼ਰੀਏ ਇੱਕ ਦੂਸਰੇ ਨੂੰ ਕਾਫੀ ਹੱਦ ਤੱਕ ਟਾਰਗੇਟ ਕਰਦੇ ਹੋਏ ਨਜ਼ਰ ਆ ਰਹੇ ਸਨ। ਲੇਕਿਨ ਇਸੇ ਦੌਰਾਨ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਵੀ ਨਿਰੰਕਾਰੀਆਂ ਦੇ ਖਿਲਾਫ਼ ਬੱਬਰ ਖਾਲਸਾ, ਸੁਖਦੇਵ ਸਿੰਘ ਬੱਬਰ ਹੋਣਾ ਵੱਲੋਂ ਇੱਕ ਮੂਵਮੈਂਟ ਤੋਰ ਕੀਤੀ ਗਈ ਸੀ ਜੋ ਕਿ ਹਿੰਸਕ ਸੀ, ਖੂਨੀ ਸੀ, ਨਿਰੰਕਾਰੀਆਂ ਨੂੰ ਮਾਰਿਆ ਜਾ ਰਿਹਾ ਸੀਗਾ ਉਸ ਵਕਤ। 9 ਸਤੰਬਰ 1981 ਦਾ ਜਿਹੜਾ ਘਟਨਾ ਹੈ ਉਸ ਦੇ ਵਿੱਚ ਲਾਲਾ ਜਗਤ ਨਾਰਾਇਣ ਤੋਂ ਕਤਲ ਕਰਤਾ ਗਿਆ, ਉਹਨਾਂ ਦੀ ਹੱਤਿਆ ਕਰਤੀ ਗਈ। ਇੱਕ ਬਹੁਤ ਮੰਦਭਾਗੀ ਘਟਨਾ ਸੀ, ਇੱਕ ਬਹੁਤ ਹੀ ਨਿੰਦਣਯੋਗ ਘਟਨਾ ਸੀ, ਅਤੇ ਇੱਕ ਐਸੀ ਘਟਨਾ ਸੀ ਜਿਸ ਨੂੰ ਕਿਸੇ ਵੀ ਤਰੀਕੇ ਨਾਲ ਜਸਟੀਫਾਈ ਨਹੀਂ ਸੀ ਕੀਤਾ ਜਾ ਸਕਦਾ। ਪਟਿਆਲਾ ਤੋਂ ਆਪਣੀ ਕਾਰ ਦੇ ਵਿੱਚ ਆਪਣੇ ਡਰਾਈਵਰ ਦੇ ਨਾਲ ਲਾਲਾ ਜਗਤ ਨਾਰਾਇਣ ਜਲੰਧਰ ਵੱਲ ਰੁੱਖ ਕੀਤਾ, ਅਤੇ ਉਹਨਾਂ ਨੂੰ ਲੁਧਿਆਣੇ ਦੇ ਨੇੜੇ ਅਮਲਤਾਸ ਹੋਟਲ ਲੁਧਿਆਣਾ ਅਤੇ ਜਲੰਧਰ ਦੇ ਨੇੜੇ ਉਹਨਾਂ ਨੂੰ ਕਤਲ ਕਰਤਾ ਗਿਆ। ਬੁਲਟ ਦੇ ਉੱਤੇ ਸਵਾਰ ਕੁਛ ਜਿਹੜੇ ਹਮਲਾਵਰ ਸਨ, ਲਗਭਗ 2 ਜਾਂ 3 ਹਮਲਾਵਰ ਦੱਸੇ ਜਾਂਦੇ ਨੇ, ਜੋ ਕਿ ਇੱਕ ਨਵੇਂ ਬੁਲਟ ਰੋਇਲ ਇਨਫੀਲਡ ਬੁਲਟ ਦੇ ਉੱਤੇ ਆਏ, ਅਤੇ ਉਹਨਾਂ ਨੇ ਉਹਨਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਕੁਛ ਗੋਲੀਆਂ ਚੱਲੀਆਂ ਜੋ ਕਿ ਕਾਮਯਾਬ ਨਹੀਂ ਹੋਈਆਂ, ਲੇਕਿਨ ਅਖੀਰ ਦੇ ਵਿੱਚ ਬੁਲਟ ਨੂੰ ਗੱਡੀ ਦੇ ਅੱਗੇ ਲਗਾ ਕੇ ਰੋਕ ਲਿਆ ਗਿਆ, ਅਤੇ ਅੰਨੇਵਾਹ ਫਾਇਰਿੰਗ ਦੇ ਵਿੱਚ ਪਿਛਲੀ ਸੀਟ 'ਤੇ ਬੈਠੇ ਹੋਏ ਲਾਲਾ ਜਗਤ ਨਾਰਾਇਣ ਦੀ ਗੋਲੀ ਮਾਰ ਕੇ ਹੱਤਿਆ ਕਰਤੀ ਗਈ। ਡਰਾਈਵਰ ਉਹਨਾਂ ਦਾ ਜਿਹੜਾ ਸੀ ਇਸ ਪੂਰੀ ਵਾਰਦਾਤ ਦੇ ਵਿੱਚ ਬਚ ਨਿਕਲਿਆ, ਲੇਕਿਨ ਇਸ ਤੋਂ ਬਾਅਦ ਇਤਫਾਕ ਇਹ ਹੋਇਆ ਵੀ ਜਿਹੜਾ ਬੁਲਟ ਮੋਟਰਸਾਈਕਲ 'ਤੇ ਜਿਹੜੇ ਹਮਲਾਵਰ ਆਏ ਸਨ ਉਹ ਜਦੋਂ ਭੱਜਣ ਲੱਗੇ ਤਾਂ ਉਹਨਾਂ ਦਾ ਬੁਲਟ ਖਰਾਬ ਹੋ ਗਿਆ, ਅਤੇ ਇੱਕ ਜਿਹੜਾ ਹਮਲਾਵਰ ਨਛੱਤਰ ਸਿੰਘ ਨਾਂ ਦਾ ਹਮਲਾਵਰ ਹੈ ਉਹ ਫੜਿਆ ਗਿਆ, ਉਹ ਇਸ ਤਰ ਦਬੋਚਿਆ ਗਿਆ। ਉੱਥੇ ਦੇ ਜਿਹੜੇ ਪ੍ਰਤੱਖਦਰਸ਼ੀ ਸਨ ਜਾਂ ਜਿਹੜੇ ਲੋਕ ਉੱਥੇ ਸਨ ਉਹਨਾਂ ਨੇ ਉਸਨੂੰ ਫੜ ਲਿਆ। 2 ਜਿਹੜੇ ਹਮਲਾਵਰ ਸਨ ਉਹ ਬਚਣ ਦੇ ਵਿੱਚ ਕਾਮਯਾਬ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਹਮਲਾਵਰ ਉਹ ਦੱਸਿਆ ਜਾਂਦਾ ਜਿਹਨੇ ਕਿ ਬਾਬਾ ਗੁਰਬਚਨ ਸਿੰਘ ਨਿਰੰਕਾਰੀਆਂ ਦੇ ਮੁਖੀ ਨੂੰ ਸੋਧਣ ਦੇ ਵਿੱਚ ਜਾਂ ਮਾਰਨ ਦੇ ਵਿੱਚ ਆਪਣੀ ਭੂਮਿਕਾ ਜਿਹੜੀ ਹੈ ਉਹ ਭਾਈ ਰਣਜੀਤ ਸਿੰਘ ਉਹਨਾਂ ਦੇ ਨਾਲ ਅਦਾ ਕੀਤੀ ਹੋ ਸਕਦੀ ਹੈ। ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀ ਇੰਟੈਰੋਗੇਸ਼ਨ ਜਾਂ ਇਨਵੈਸਟੀਗੇਸ਼ਨ ਬਾਅਦ ਦੇ ਵਿੱਚ ਚੱਲੀ ਲਾਲਾ ਜਗਤ ਨਾਰਾਇਣ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਉਸ ਦੇ ਵਿੱਚ ਸਾਹਮਣੇ ਆਈਆਂ। ਲੇਕਿਨ ਜਦੋਂ 9 ਸਤੰਬਰ 1981 ਨੂੰ ਇਹ ਘਟਨਾ ਹੋਈ, ਵਾਰਦਾਤ ਹੋਈ, ਤਾਂ ਉਸ ਵਕਤ ਕਿਉਂਕਿ ਦੋਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਲਾਲਾ ਜਗਤ ਨਾਰਾਇਣ ਹੋਣਾਂ ਵੱਲੋਂ ਇੱਕ ਦੂਸਰੇ ਦੇ ਪ੍ਰਤੀ ਬਹੁਤ ਸੀ ਗੱਲਾਂ ਬਾਤਾਂ ਕਹੀਆਂ ਗਈਆਂ ਸਨ, ਐਡੀਟੋਰੀਅਲ ਦੇ ਵਿੱਚ ਲਾਲਾ ਜਗਤ ਨਾਰਾਇਣ ਨੇ ਬਹੁਤ ਕੁਝ ਲਿਖਿਆ ਹੋਇਆ ਸੀ, ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਆਪਣੇ ਜਿਹੜਾ ਸਟੇਜ ਸੀ, ਆਪਣੀਆਂ ਜਿਹੜੀਆਂ ਸਪੀਚਾਂ ਸਨ ਉਹਨਾਂ ਦੇ ਵਿੱਚ ਅਕਸਰ ਉਹ ਚੀਜ਼ਾਂ ਜੋ ਅਖਬਾਰਾਂ 'ਚ ਪੜ੍ਹਦੇ ਜਾਂ ਕਿਸੇ ਤੋਂ ਸੁਣਦੇ ਸਨ ਉਹਨਾਂ ਨੂੰ ਐਡਰੈਸ ਜ਼ਰੂਰ ਕਰਿਆ ਕਰਦੇ ਸਨ, ਜੋ ਵੀ ਉਹਨਾਂ ਦੇ ਬਾਰੇ ਬੋਲਿਆ ਜਾਂਦਾ ਸੀ ਉਹਦਾ ਜਵਾਬ ਜ਼ਰੂਰ ਦਿੰਦੇ ਸਨ। ਤਾਂ ਉਹਨਾਂ ਨੇ ਲਾਲਾ ਜਗਤ ਨਾਰਾਇਣ ਨੂੰ ਲੈ ਕੇ ਕਈ ਗੱਲਾਂ ਕਹੀਆਂ ਸਨ। ਸੋ 9 ਸਤੰਬਰ 1981 ਨੂੰ ਜਦੋਂ ਲਾਲਾ ਜਗਤ ਨਾਰਾਇਣ ਨੂੰ ਮਾਰਤਾ ਜਾਂਦਾ, ਉਹਨਾਂ ਦੀ ਹੱਤਿਆ ਕਰਤੀ ਜਾਂਦੀ ਹੈ, ਉਸ ਤੋਂ ਬਾਅਦ ਇੱਕ ਸਿੱਧੇ ਸ਼ੱਕ ਦੀ ਜਿਹੜੀ ਸੂਈ ਸੀ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਭਿੰਡਰਾਂਵਾਲਾ ਉਹਨਾਂ ਦੇ ਸਮਰਥਕਾਂ ਵੱਲ ਆਈ, ਜਾਂ ਉਹਨਾਂ ਦੇ ਉਹਨਾਂ ਆਰਮਡ ਜਾਂ ਜਿਹੜੇ ਹਥਿਆਰਬੰਦ ਜਿਹੜੇ ਖੜਕੂ ਸਨ ਉਹਨਾਂ ਵੱਲ ਆਈ। ਇਹ ਸਮਝਿਆ ਗਿਆ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਇਸ ਕਾਰੇ ਨੂੰ ਅੰਜਾਮ ਦਿੱਤਾ ਹੋ ਸਕਦਾ, ਲੇਕਿਨ ਇਹ ਫੈਕਟ ਨਹੀਂ ਸੀ, ਇਹ ਤੱਥ ਨਹੀਂ ਸਨ। ਬੇਸ਼ੱਕ ਉਹਨਾਂ ਹਮਲਾਵਰਾਂ ਦੇ ਵਿੱਚ ਜਿਹੜੀ ਪੁਲਿਸ ਦੀ ਰਿਪੋਰਟ ਹੈ ਉਸ ਦੇ ਮੁਤਾਬਿਕ ਇੱਕ ਕਰੀਬੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਦੱਸਿਆ ਜਾਂਦਾ ਹੈ, ਲੇਕਿਨ ਇਹ ਹੱਤਿਆਕਾਂਡ ਸੰਤ ਜਰਨੈਲ ਸਿੰਘ ਭਿੰਡਰਾਂ ਵੱਲੋਂ ਕਰਵਾਇਆ ਗਿਆ ਇਸ ਬਾਰੇ ਬਿਲਕੁਲ ਕੋਈ ਵੀ ਜਾਣਕਾਰੀ ਨਾ ਤਾਂ ਸਪਸ਼ਟ ਹੋ ਪਾਈ ਨਾ ਪੁਖਤਾ ਹੋ ਪਾਈ। ਉਚੇਚਾ ਬਾਅਦ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਤਤਕਾਲੀ ਜਿਹੜੇ ਹੋਮ ਮਿਨਿਸਟਰ ਸਨ ਗਿਆਨੀ ਜ਼ੈਲ ਸਿੰਘ ਉਹਨਾਂ ਨੂੰ ਇਹ ਬਿਆਨ ਜਾਰੀ ਕਰਨਾ ਪਿਆ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਖਿਲਾਫ਼ ਕੋਈ ਵੀ ਸਬੂਤ ਇਸ ਹੱਤਿਆਕਾਂਡ ਦਾ ਨਹੀਂ ਲੱਭ ਸਕਿਆ ਹੈ। ਲੇਕਿਨ ਇਸ ਤੋਂ ਥੋੜ੍ਹਾ ਜਿਹਾ ਪਹਿਲਾਂ ਵਾਪਸ 9 ਸਤੰਬਰ 'ਤੇ ਚੱਲਦੇ ਹਾਂ। 9 ਸਤੰਬਰ 1981 ਦੇ ਘਟਨਾਕ੍ਰਮ ਤੋਂ ਬਾਅਦ 11 ਸਤੰਬਰ 1981 ਨੂੰ ਜਿਹੜੇ ਅਰੈਸਟ ਵਾਰੰਟ ਸਨ ਪੰਜਾਬ ਪੁਲਿਸ ਵੱਲੋਂ ਉਹ
संत जरनैल सिंह भिंडरांवाला के खिलाफ जारी हो गए। उस वक्त संत जरनैल सिंह भिंडरांवाला की मूवमेंट कई सूबों के हो रही थी, वो दिल्ली बॉम्बे कई थावां उन्होंने दिनों विचर रहे सन अपने धर्म प्रचार गतिविधियों के संदर्भ में, तो जिथे भी वो जाते सन चाहे वह दिल्ली के बसों के हथियारबंद अपने जोड़े समर्थक सन उन्होंने दिल्ली के भी ऐसे मुजहरे कटे ऐसे प्रोसैशनज लीड किए, बॉम्बे के भी गए। उस दौरान सेंट्रल इंटैलीजेंस एजेंसियां केंद्र सरकार लगातार भिंडरांवाले की गिरफ्तारी लैके अपन तरकीबा या कोई इस किस्म द्योतबंदियां कर दया रही, लेकिन वह संत जरनैल सिंह भिंडरांवाले उन्होंने गिरफ़्तार नहीं कर पाइया। लेकिन 9 सितंबर की हत्या कांड तो बाद 11 सितंबर पंजाब दे विच ए वारंट जिहड़े जारी हुए, उस तो बाद ये साफ होया भी हुण संत जरनैल सिंह भिंडरांवाला उन्होंने इस केस दे विच नामजद किया जाएगा ते वो उन्होंने गिरफ़्तारी होएगी। ये चीज़ संत जरनैल सिंह नूं भी इसका आइडिया हो चुका सी। तो 13 सितंबर का एक ऐसा घटनाक्रम है जदों की हरियाणा दे विच जदों की उन्होंने मूवमेंट दसी जाती है संत जरनैल सिंह भिंडरांवाला एक पिंड चंदोकलां हरियाणा के दसया जाता है जिथे कि संत जरनैल सिंह भिंडरांवाले अपने अनुयायियों के समर्थकों के नाल एक समागम के धर्म प्रचार का समागम दसया जाता है जिस विच कि वो मौजूद सन। चंदोकलां के इस समागम के जिथे कि धर्म प्रचार के संत जरनैल सिंह भिंडरांवाले अपने समागम के पहुँचे हुए सन, उत्थे इन्ह गिरफ़्तारी वारंट्स लैके पंजाब पुलिस की एक सैकड़ों की तादाद जिहड़ियां टीमां सन या फोर्स सी उसनू भेजता गया सीगा। लेकिन यह समझा जाता भी तत्काली जिहड़े होम मिनिस्टर सन ज्ञानी जैल सिंह उन्होंने इस चीज़ का इलम सी, क्योंकि दरबारा सिंह सरकार वालों वारंट जारी किए गए सन जो कि सूबा सरकार के मुखी दरबारा सिंह एज ए चीफ मिनिस्टर सन, तो उन्होंने 36 का आंकड़ा उसका जिक्र मैं पहला ही ज्ञानी जैल सिंह कर चुका अपने वीडियो के, जिस तरीके दरबारा सिंह वालों हुण भिंडरांवाले उन्होंने गिरफ़्तार किए जाने के मनोरथ के तहत फोर्सा भेजी गई। इस चीज़ की जी सूचना ज्ञानी जैल सिंह वालों भजन लाल जो कि हरियाणा के मुख्यमंत्री भी रहे उन्होंने दिती गई, जिन्होंने कि यह कहा गया भी संत जरनैल सिंह भिंडरांवाले उन्होंने इतों जाने कहा जाए या उन्होंने इतों कढ़ता जाए, तो यही होया चंदोकलां दे विच पंजाब पुलिस दीयां फोर्सां जो कि वारंटा दे नाल संत जरनैल सिंह भिंडरांवाले गिरफ़्तार करने लिए पहुँच रही सन। उस तो कुछ समा पहला कुछ घंटे पहला ही संत जरनैल सिंह भिंडरांवाला उतों निकल चुके सन, यानी कि उन्होंने गिरफ़्तारी नहीं हो पाई। तो बाद जदों पुलिस फोर्सा उत्थे पहुंचियां चंदोकलां दे विच ते उन्होंने बहुत ज़्यादा हताशा हुई, बहुत ज़्यादा परेशानी हुई, जिस तो बाद कि उत्थे कई काफ़ी साड़ फूक जी है हिंसा जी है वह भी कह जाता है, इस किस्म का इल्ज़ाम है भी वह जी पुलिस फोर्स उन्होंने गिरफ़्तार कर गई सी उस वालों की गई। इस तो बाद संत जरनैल सिंह भिंडरांवाला 16 सितंबर चौंक मैते अपने हैडक्वाटर दमदमी टकसाल के हैडक्वाटर पहुँच चुके सन, तो 16 सितंबर उन्होंने जोड़े अरैसट वारंट सन जो पंजाब पुलिस या पंजाब की सरकार वालों दरबारा सिंह मिनिस्ट्री वालों जारी किए जाते हैं वो अरैसट वारंटा लैके पुलिस चौंक मैते पहुँचती है। उस तो बाद उस अरैसट वारंट को संत जरनैल सिंह भिंडरांवाला होलों वालों लिया जाता है कबूल किया जाता है, तो वो ऐलान करते हैं भी 20 सितंबर वो खुद गिरफ़्तारी देंगे चौंक मैते तो। सो एक घटनाक्रम हों जो कि यह तय हो जाता भी 20 सितंबर 1981 हूँ संत जरनैल सिंह भिंडरांवाले खुद अपनी गिरफ़्तारी देंगे, तो उस वक्त जो फोर्स चौंक मेहता से उन्होंने गिरफ़्तार कर पहुँचती है तो उत्थे हज़ारों की गिणती के उन्होंने जोड़े समर्थक होंगे ने एक हजूम हों सारे हथियारबंद होंगे ने सारे लोग उत्थे इकट्ठे हुए होंगे ने, बहुत विरोधता भी होंगी है, हालांकि संत जरनैल सिंह भिंडरांवाला ने अपने समर्थकों कह रखा होंगे भी गिरफ़्तारी खुद देना चाह रहे हैं, इस वास्ते कोई भी अपना आपा जिहड़ा है वह ना खोए अपने जाब्ते दे विच रहे। लेकिन इसके बावजूद भी जदों संत जरनैल सिंह भिंडरांवाले पुलिस वालों गिरफ़्तार किया जाता है उत्थे उन्होंने गिरफ़्तारी पाई जाती है, उस तो बाद उत्थे हिंसा भड़क उठती है, उत्थे धक्का मुक्की शुरू होंदी है जिस दे नाल कुछ पुलिस अफसरां दे नाल धक्का मुक्की की जाती है। बाद दे विच इल्ज़ाम यह भी लगते रहे भी जानबूझ के कुछ शरारती अंसरां वालों इस किस्म के हालात पैदा किए गए ताकि उत्थे माहौल ऐसा बने, तो उस तो बाद जो हुंदा उत्थे एक बहुत खूनी संघर्ष जड़ा है वह वेखण विच मिलता है। हालांकि संत जरनैल सिंह भिंडरांवाला अपनी गिरफ़्तारी दे चुके होंगे ने, लेकिन बाद दे विच जड़ा हिंसा होंदी है उन्होंने समर्थकों के यानी कि भिंडरांवाला के समर्थक अते पुलिस दे विच उस दे विच गोलीबारी दे विच तकरीबन 20 लोग मारे जाते हैं। सो चौंक मेहता की जिहड़ी गिरफ़्तारी होंदी है संत जरनैल सिंह भिंडरांवाला की एक खूनी साके दे विच बदल जाती है, एक होर खूनी कांड हो जाता है निरंकारी कांड तकरीबन 3 साल पहला होकर हटिया हों, तो उस तो बाद 20 सितंबर 1981 की घटना जदों की एड्डी वड्डी गिणती दे विच उत्थे भी जिहड़े भिंडरांवाले के समर्थक होंदे ने ते होर कई लोग जिहड़े होंदे ने गोलीबारी दे विच इस क्रॉस फायर दे विच मारे जांदे ने। इस मामले की पूरी जांच उचेची होंदी है पड़ताल होंदी है, तो बाद दे विच 20 सितंबर 1981 तो लैके 15 अक्टूबर 1981 अगले 25 दिन ऐसे होंगे ने जो कि संत जरनैल सिंह भिंडरांवाला होने उन्होंने गिरफ़्तार करके रखा जाता है सर्किट हाउस के उन्होंने रखा जाता है, तो उस दौरान एक डिटेंशन के होंगे ने। यही वो समा हों जो कि पूरे पंजाब के बहुत से होर सूबों के भी बहुत ज़्यादा सरगर्मियां भी तेज़ हो जाए, बहुत थावां
ਅਪਰਾਈਜ਼ਿੰਗਸ ਹੁੰਦੀਆਂ ਨੇ, ਛੋਟੇ ਮੋਟੇ ਬਹੁਤ ਸੇ ਐਸੇ ਹਿੰਸਕ ਵਾਰਦਾਤਾਂ ਵੀ ਹੁੰਦੀਆਂ ਨੇ, ਅਤੇ ਧਰਪਕੜ ਦੇ ਰੂਪ ਵਿੱਚ ਦਰਬਾਰਾ ਸਿੰਘ ਮਿਨਿਸਟਰੀ ਜਿਹੜੀ ਹੁੰਦੀ ਹੈ, ਦਰਬਾਰਾ ਸਿੰਘ ਦੀ ਸਰਕਾਰ ਹੁੰਦੀ ਹੈ, ਉਹ ਵੀ ਆਪਣੇ ਵੱਲੋਂ ਪੂਰੀ ਦਬਿਸ਼ ਅਤੇ ਪੂਰੀ ਜਿਹੜੀ ਸਖਤੀ ਹੈ ਉਹ ਭਿੰਡਰਾਂਵਾਲਾ ਦੇ ਸਮਰਥਕ ਜੋ ਕਿ ਇਸ ਵਕਤ ਕਾਫੀ ਅਗਰੈਸਿਵ ਫੋਰਮ ਦੇ ਵਿੱਚ ਆਏ ਹੁੰਦੇ ਨੇ, ਉਹਨਾਂ ਦੇ ਖਿਲਾਫ਼ ਕਰਦੀ ਹੈ। ਸੋ ਬਹੁਤ ਪੰਜਾਬ ਭਰ ਦੇ ਵਿੱਚ ਐਸੀਆਂ ਬਹੁਤ ਸੀਆਂ ਘਟਨਾਵਾਂ ਹੁੰਦੀਆਂ ਨੇ ਜਿੱਥੇ ਕਿ ਭਿੰਡਰਾਂਵਾਲੇ ਦੇ ਸਮਰਥਕਾਂ ਨੂੰ ਫੜਿਆ ਜਾਂਦਾ ਹੈ, ਗ੍ਰਿਫਤਾਰ ਕੀਤਾ ਜਾਂਦਾ ਹੈ, ਦਬਿਸ਼ ਕੀਤੀ ਜਾਂਦੀ ਹੈ, ਬਹੁਤ ਸੇ ਲੋਕਾਂ ਦੀ ਮੌਤ ਵੀ ਇਸ ਪੂਰੀ ਵਾਰਦਾਤਾਂ ਦੇ ਵਿੱਚ ਹੁੰਦੀ ਹੈ। ਤਕਰੀਬਨ 25 ਦਿਨ ਦਾ ਇਹ ਵਕਫਾ ਹੁੰਦਾ ਜਦੋਂ ਕਿ ਭਿੰਡਰਾਂਵਾਲੇ ਨੂੰ ਡਿਟੇਨ ਕਰਕੇ ਰੱਖਿਆ ਜਾਂਦਾ ਹੈ ਲਾਲਾ ਜਗਤ ਨਾਰਾਇਣ ਹੋਣਾਂ ਦੇ ਹੀ ਉਸ ਕਤਲ ਕੇਸ ਦੇ ਵਿੱਚ, ਅਤੇ ਪੂਰੀ ਜਦੋਂ ਜਾਂਚ ਮੁਕੰਮਲ ਹੁੰਦੀ ਹੈ, ਕਿਉਂਕਿ ਲਾਲਾ ਜਗਤ ਨਾਰਾਇਣ ਹੋਣਾਂ ਦੇ ਜਿਹੜੇ ਹਮਲਾਵਰ ਨਛੱਤਰ ਸਿੰਘ ਵਗੈਰਾ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁੰਦਾ ਹੈ। ਸੋ ਤਕਰੀਬਨ 25 ਦਿਨ ਦੀ ਡਿਟੈਂਸ਼ਨ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਣਾਂ ਦੇ ਖਿਲਾਫ਼ ਕੋਈ ਵੀ ਸਬੂਤ ਨਹੀਂ ਲੱਭਦਾ ਇਹ ਚੀਜ਼ ਦਾ, ਕੋਈ ਵੀ ਐਸਾ ਗਵਾਹ ਮੌਕੇ ਦਾ ਐਵੀਡੈਂਸ, ਕਿਉਂਕਿ ਲਾਲਾ ਜਗਤ ਨਾਰਾਇਣ ਦੀ ਹੱਤਿਆ ਤੋਂ ਬਾਅਦ ਜਿਹੜਾ ਹਮਲਾਵਰ ਇੱਕ ਗ੍ਰਿਫਤਾਰ ਹੋ ਚੁੱਕਾ ਹੁੰਦਾ ਹੈ, ਉਸ ਤੋਂ ਪੁੱਛਗਿੱਛ ਕਰ ਲਈ ਗਈ ਹੁੰਦੀ ਹੈ। ਇਸ ਚੀਜ਼ ਦੀ ਤਸੱਲੀ ਪੁਲਿਸ ਨੂੰ ਹੋ ਚੁੱਕੀ ਹੁੰਦੀ ਹੈ, ਸਰਕਾਰ ਨੂੰ ਹੋ ਚੁੱਕੀ ਹੁੰਦੀ ਹੈ ਵੀ ਇਸ ਹੱਤਿਆਕਾਂਡ ਦੇ ਪਿੱਛੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਾਂ ਉਹਨਾਂ ਦੇ ਕਿਸੇ ਵੀ ਸਮਰਥਕ ਦਾ ਉਸ ਤਰੀਕੇ ਦਾ ਕੋਈ ਹੱਥ ਨਹੀਂ ਹੈ। ਸੋ ਇਹ ਚੀਜ਼ ਸਪਸ਼ਟ ਹੋ ਚੁੱਕੀ ਹੁੰਦੀ ਹੈ ਵੀ ਬੇਸ਼ੱਕ ਸ਼ਬਦਾਂ ਦੇ ਇੱਕ ਦੂਸਰੇ ਦੇ ਵਾਰ ਲਗਾਤਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਲਾਲਾ ਜਗਤ ਨਾਰਾਇਣ ਵੱਲੋਂ ਕੀਤੇ ਗਏ, ਲੇਕਿਨ ਘੱਟੋ ਘੱਟ ਨੌਬਤ ਇਹ ਨਹੀਂ ਆਈ ਸੀ ਵੀ ਇੱਕ ਖੂਨੀ ਵਾਰਦਾਤ ਦੇ ਰੂਪ ਵਿੱਚ ਲਾਲਾ ਜਗਤ ਨਾਰਾਇਣ ਨੂੰ ਮਾਰ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਸ ਚੀਜ਼ ਦਾ ਬਦਲਾ ਲੈਂਦੇ। ਸੋ ਇਸ ਚੀਜ਼ ਦੇ ਮੁਤਲਕ ਜਿਹੜੀ ਇੱਕ ਅਧਿਕਾਰਿਕ ਸਟੇਟਮੈਂਟ ਹੁੰਦੀ ਹੈ ਉਹ ਹੋਮ ਮਿਨਿਸਟਰ ਜੋ ਕਿ ਦੇਸ਼ ਦੇ ਭਾਰਤ ਦੇ ਹੋਮ ਮਿਨਿਸਟਰ ਗਿਆਨੀ ਜ਼ੈਲ ਸਿੰਘ ਵੱਲੋਂ 15 ਅਕਤੂਬਰ ਨੂੰ ਦਿੱਤੀ ਜਾਂਦੀ ਹੈ, ਪਾਰਲੀਮੈਂਟ ਦੇ ਵਿੱਚ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਫ੍ਰੀ ਕਰਤਾ ਜਾਂਦਾ ਹੈ। ਦੇਸ਼ ਦੀ ਪਾਰਲੀਮੈਂਟ ਨੂੰ ਦੱਸਿਆ ਜਾਂਦਾ ਵੀ ਲਾਲਾ ਜਗਤ ਨਾਰਾਇਣ ਜਿਨ੍ਹਾਂ ਦੀ ਹੱਤਿਆ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਇੱਕ ਤਰਥੱਲੀ ਮਚੀ ਹੁੰਦੀ ਹੈ, ਉਹਨਾਂ ਦੀ ਹੱਤਿਆ ਦੇ ਵਿੱਚ ਕੋਈ ਵੀ ਹੱਥ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਣਾਂ ਦਾ ਨਹੀਂ ਸੀ। ਇਸ ਦੇ ਨਾਲ ਇੱਕ ਹੋਰ ਬਹੁਤ ਅਹਿਮ ਤੱਥ ਹੁੰਦਾ, ਜਦੋਂ ਲਾਲਾ ਜਗਤ ਨਾਰਾਇਣ ਹੋਣਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ, ਉਹ ਇੱਕ ਬਹੁਤ ਵੱਡਾ ਇਕੱਠ ਹੁੰਦਾ ਹੈ, ਕਿਉਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ, ਇੱਕ ਬਹੁਤ ਉੱਗੀ ਹੋਈ ਸ਼ਖਸੀਅਤ ਲਾਲਾ ਜਗਤ ਨਾਰਾਇਣ ਨੂੰ ਮੰਨਿਆ ਗਿਆ, ਅਤੇ ਪੰਜਾਬ ਦੇ ਵਿੱਚ ਪੰਜਾਬੀ ਹਿੰਦੂਆਂ ਅਤੇ ਉਹਨਾਂ ਦੇ ਸਰਕਾਰਾਂ ਅਤੇ ਉਸ ਮਾਹੌਲ ਦੇ ਵਿੱਚ ਜਿੱਥੇ ਕਿ ਇੱਕ ਵੱਖ ਪੰਜਾਬੀ ਸੂਬੇ, ਪੰਜਾਬੀ ਬੋਲਦੇ ਸੂਬਿਆਂ ਦੀ ਈਵਨ ਧਰਮ ਦੇ ਨਾਲ ਜੋੜ ਕੇ ਇਸ ਪੂਰੀ ਮੂਵਮੈਂਟ ਨੂੰ ਸੂਬਿਆਂ ਦੇ ਵੱਧ ਅਖਤਿਆਰਾਂ ਦੀ ਇੱਕ ਅਦਰਵਾਈਜ਼ ਜਿਹੜੀ ਇੱਕ ਫੈਡਰਲ ਮੂਵਮੈਂਟ ਹੈ ਉਸਨੂੰ ਬਹੁਤ ਵਾਰ ਧਾਰਮਿਕ ਰੰਗਤ ਦੇ ਕੇ ਦੇਖਿਆ ਜਾਂਦਾ ਰਿਹਾ, ਅਤੇ ਬਹੁਤ ਸੇ ਐਸੇ ਅਨਸਰਾਂ ਨੂੰ ਮੌਕਾ ਮਿਲਿਆ ਵੀ ਧਾਰਮਿਕ ਅਤੇ ਫਿਰਕੂ ਜਿਹੜੇ ਮਾਹੌਲ ਨੂੰ ਖਰਾਬ ਕੀਤਾ ਜਾਏ। ਉਸ ਸਾਰੇ ਮਾਹੌਲ ਦੇ ਵਿੱਚ ਲਾਲਾ ਜਗਤ ਨਾਰਾਇਣ ਦੀ ਜਿਹੜੀ ਭੂਮਿਕਾ ਸੀ ਕਾਫੀ ਅਹਿਮ ਸੀ, ਘੱਟੋ ਘੱਟ ਪੰਜਾਬੀ ਹਿੰਦੂਆਂ ਨੂੰ ਇੱਕ ਸੁਰੱਖਿਆ ਦੀ ਭਾਵਨਾ ਮੁਹੱਈਆ ਕਰਾਉਣ ਦੇ ਪੱਖੋਂ ਜਾਂ ਫਿਰ ਉਹਨਾਂ ਤਾਕਤਾਂ ਦੇ ਨਾਲ ਅਲਾਈਨਮੈਂਟ ਦੇ ਵਿੱਚ ਕੰਮ ਕਰਨ ਦੀ ਜੋ ਕਿ ਇੱਕ ਵੱਖਰੀ ਸੋਚ ਰੱਖਦੀਆਂ ਸਨ, ਚਾਹੇ ਉਹ ਫਿਰ ਅਕਾਲੀ ਦਲ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਣਾਂ ਤੋਂ ਇੱਕ ਵੱਖ ਸੋਚ ਜਾਂ ਉਲਟੀ ਸੋਚ ਦੀਆਂ ਜਿਹੜੀਆਂ ਵੀ ਤਾਕਤਾਂ ਸਨ ਉਹਨਾਂ ਦੇ ਨਾਲ ਲਾਲਾ ਜਗਤ ਨਾਰਾਇਣ ਜਾਂ ਉਹ ਪੰਜਾਬ ਦੇ ਹਿੰਦੂਆਂ ਵੱਲੋਂ ਹਮੇਸ਼ਾ ਉਹਨਾਂ ਦੀ ਪ੍ਰੌੜਤਾ ਹੀ ਕੀਤੀ ਗਈ ਹੈ, ਉਹਨਾਂ ਦੇ ਨਾਲ ਖੜ੍ਹੇ ਹੋ ਕੇ ਇਹ ਪੂਰੀ ਗੱਲਬਾਤ ਤੋੜੀ ਗਈ। ਲੇਕਿਨ ਲਾਲਾ ਜਗਤ ਨਾਰਾਇਣ ਦਾ ਜਦੋਂ ਅੰਤਿਮ ਸੰਸਕਾਰ ਹੋਇਆ, ਸਮਝਿਆ ਜਾਂਦਾ ਵੀ ਉਸ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਸੀ, ਅਤੇ ਪੰਜਾਬ ਦੇ ਹਿੰਦੂਆਂ ਦੇ ਵਿੱਚ ਇਸ ਹੱਤਿਆਕਾਂਡ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਗਿਆ, ਅਤੇ ਇਸ ਨੂੰ ਬਹੁਤ ਵੱਡਾ ਇੱਕ ਹਮਲਾ ਮੰਨਿਆ ਗਿਆ ਪੰਜਾਬ ਦੇ ਹਿੰਦੂਆਂ ਨੂੰ ਲੈ ਕੇ। ਹਾਲਾਂਕਿ ਬਾਅਦ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਭੂਮਿਕਾ ਦਾ ਇਸ ਦੇ ਵਿੱਚ ਸਪਸ਼ਟ ਨਾ ਹੋ ਪਾਉਣਾ ਜਾਂ ਇਸ ਚੀਜ਼ ਦਾ ਸਪਸ਼ਟ ਹੋ ਜਾਣਾ ਕਿ ਉਹਨਾਂ ਦੀ ਕੋਈ ਵੀ ਭੂਮਿਕਾ ਇਸ ਹੱਤਿਆਕਾਂਡ ਦੇ ਵਿੱਚ ਨਹੀਂ ਸੀ, ਇੱਕ ਬਹੁਤ ਵੱਡਾ ਕਾਰਨ ਪ੍ਰਦਾਨ ਕਰਦਾ ਸੀ ਵੀ ਜਿਹੜਾ ਮਾਹੌਲ ਹੈ ਉਸਨੂੰ ਫਿਰਕੂ ਰੰਗਤ ਤੋਂ ਨਾ ਵੇਖਿਆ ਜਾਵੇ। ਲੇਕਿਨ ਕੋਈ ਨਾ ਕੋਈ ਸ਼ਖਸ ਜਾਂ ਕੋਈ ਨਾ ਕੋਈ ਐਸੀਆਂ ਤਾਕਤਾਂ ਸਨ ਜੋ ਕਿ ਹਿੰਦੂਆਂ ਨੂੰ ਉਸੇ ਤਰੀਕੇ ਨਾਲ ਟਾਰਗੇਟ ਕਰਨਾ ਚਾਹ ਰਹੀਆਂ ਸਨ ਜਿਵੇਂ ਕਿ ਨਿਰੰਕਾਰੀਆਂ ਨੂੰ ਕੀਤਾ ਜਾ ਰਿਹਾ, ਅਤੇ ਉਸ ਦੇ ਵਿੱਚ ਲਾਲਾ ਜਗਤ ਨਾਰਾਇਣ ਅਤੇ ਉਹਨਾਂ ਦਾ ਮੁਖਰ ਹੋ ਕੇ ਹਿੰਦੂਆਂ ਦੇ ਹੱਕ ਵਿੱਚ ਭੁਗਤਣਾ ਜਾਂ ਫਿਰ ਸਿੱਖਾਂ ਜਾਂ ਪੰਜਾਬੀ ਜਿਹੜੇ ਐਸੇ ਸਰੋਕਾਰ ਸਨ ਜੋ ਕਿ ਇੱਕ ਵੱਖਰੇ ਪੰਜਾਬੀ ਸੂਬੇ ਦੀ ਗੱਲ ਕਰਦੇ ਰਹੇ ਹੈਗੇ ਨੇ ਪਹਿਲਾਂ ਤੋਂ ਹੀ, ਉਹਨਾਂ ਦੀ ਗੱਲ ਨੂੰ ਹੋਰ ਹਵਾ ਦਿੰਦੇ ਸਨ, ਉਹਨਾਂ ਦਾ ਵਿਰੋਧ ਹਮੇਸ਼ਾ ਕਰਦੇ ਰਹਿਣਾ, ਇਹ ਚੀਜ਼ ਕਿਤੇ ਨਾ ਕਿਤੇ ਇਸਦਾ ਖਮਿਆਜ਼ਾ ਵੀ ਲਾਲਾ ਜਗਤ ਨਾਰਾਇਣ ਨੂੰ ਆਪਣੀ ਜਾਨ ਦੇ ਕੇ ਆਪਣੀ ਕੁਰਬਾਨੀ ਦੇ ਕੇ ਕਹਿ ਸਕਦੇ ਹਾਂ ਚੁਕਾਉਣਾ ਪਿਆ। ਲੇਕਿਨ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਹੁੰਦਾ ਤਾਂ ਉਸ ਵਕਤ ਹਜ਼ਾਰਾਂ ਦੀ ਤਾਦਾਦ ਵੀ ਜਿਹੜਾ ਇਕੱਠ ਹੁੰਦਾ ਹੈ, ਉਸ ਦੌਰਾਨ ਵੀ ਜਿਹੜੀ ਇੱਕ ਹਿੰਸਕ ਛੋਟੀ ਮੋਟੀ ਘਟਨਾ ਹੁੰਦੀ ਹੈ ਜਿਸ ਵਿੱਚ ਕਿ ਪੁਲਿਸ ਨੂੰ ਲਾਠੀ ਚਾਰਜ ਜਾਂ ਥਰੂ ਗੈਸ ਵਗੈਰਾ ਦਾ ਪ੍ਰਯੋਗ ਕਰਨਾ ਪੈਂਦਾ ਹੈ, ਅਤੇ ਉਸ ਵਕਤ ਹਾਲਾਤ ਐਸੇ ਹੈ ਨੌਬਤ ਪੰਜਾਬ ਦੇ ਵਿੱਚ ਮਾਹੌਲ ਇਸ ਤਰੀਕੇ ਦਾ ਕ੍ਰੀਏਟ ਹੋ ਗਿਆ ਸੀ। ਇੱਕ ਪਾਸੇ ਪੰਜਾਬ ਕੇਸਰੀ ਜਿਹੜਾ ਸਮੂਹ ਸੀ, ਅਖਬਾਰਾਂ ਸਨ ਜੋ ਕਿ ਪ੍ਰੋਡੋਮੀਨੈਂਟਲੀ ਪੰਜਾਬ ਅਤੇ ਪੰਜਾਬੀਆਂ ਦੇ ਵਿੱਚ ਹਿੰਦੂਆਂ ਦੇ ਪ੍ਰਤੀ ਇੱਕ ਉਹਨਾਂ ਦੇ ਇੱਕ ਵੱਖਰਾ ਸਟੈਂਡ ਰਿਹਾ ਹੈਗਾ, ਅਤੇ ਵੱਖਵਾਦੀਆਂ ਅਤੇ ਅੱਤਵਾਦੀਆਂ ਦੇ ਖਿਲਾਫ਼ ਇੱਕ ਬਹੁਤ ਹੀ ਸਖਤ ਅਪਰੋਚ ਲੈ ਕੇ ਇਹਨਾਂ ਅਖਬਾਰਾਂ ਨੇ ਸ਼ੁਰੂ ਤੋਂ ਕੰਮ ਕੀਤਾ ਹੁੰਦਾ ਹੈ। ਲੇਕਿਨ ਦੂਸਰੇ ਪਾਸੇ ਅਜੀਤ ਸਮਾਚਾਰ ਜਾਂ ਅਕਾਲੀ ਪੱਤ੍ਰਿਕਾ ਵਰਗੇ ਅਖਬਾਰ ਹੁੰਦੇ ਨੇ ਜਿਨ੍ਹਾਂ ਦੇ ਦਫ਼ਤਰਾਂ ਦੇ ਉੱਤੇ ਵੀ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਉਹਨਾਂ ਦਿਨਾਂ ਵਿੱਚ ਹਮਲੇ ਕੀਤੇ ਗਏ, ਯਾਨੀ ਕਿ ਲਾਲਾ ਜਗਤ ਨਾਰਾਇਣ ਦੀ ਮੌਤ ਤੋਂ ਬਾਅਦ ਇੱਕ ਬੈਕਲੈਸ਼ ਦੇ ਰੂਪ ਵਿੱਚ ਕੁਛ ਹਿੰਸਕ ਘਟਨਾਵਾਂ ਹੋਈਆਂ ਜਿਸ ਵਿੱਚ ਕਿ ਪੰਜਾਬੀ ਰਸਾਲਿਆਂ ਅਜੀਤ ਅਤੇ
ਇਸ ਦੇ ਵਿੱਚ ਕੁਝ ਐਸੀ ਦਹਿਸ਼ਤਗਰਦੀ ਜਥੇਬੰਦੀਆਂ ਵੀ ਸ਼ਾਮਲ ਰਹੀਆਂ ਹੋ ਸਕਦੀਆਂ ਨੇ ਜਿਨ੍ਹਾਂ ਦੇ ਕਿ ਮਨਸੂਬੇ ਇਹੋ ਜਿਹੇ ਸਨ ਵੀ ਪੰਜਾਬ ਦੇ ਵਿੱਚ ਫਿਰਕੂ ਮਾਹੌਲ ਵਿਗੜੇ। ਲੇਕਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਜਿਹੜੀ ਕਲੀਨ ਚਿੱਟ ਇਸ ਕੇਸ ਦੇ ਵਿੱਚ ਮਿਲ ਜਾਂਦੀ ਹੈ, ਉਸ ਤੋਂ ਬਾਅਦ ਇਹ ਜਿਹੜੀ ਘਟਨਾਵਾਂ ਹੈਗੀਆਂ ਨੇ ਉਹ ਹੋਰ ਪਾਸੇ ਤੁਰਨੀਆਂ ਸ਼ੁਰੂ ਹੁੰਦੀਆਂ ਨੇ। ਲੇਕਿਨ ਜਿਹੜਾ ਮਾਹੌਲ ਹੈ ਉਹਦੀ ਜਿਹੜੀ ਵਿੱਚ ਵਿਗਾੜ 1978 ਦੇ ਨਿਰੰਕਾਰੀ ਕਾਂਡ ਤੋਂ ਬਾਅਦ ਹੋਇਆ, ਉਸ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਨੂੰ ਮਾਰਿਆ ਗਿਆ 1980 ਅਪ੍ਰੈਲ ਦੇ ਵਿੱਚ, ਉਸ ਤੋਂ ਬਾਅਦ ਸਤੰਬਰ 1981 ਦੇ ਵਿੱਚ ਲਾਲਾ ਜਗਤ ਨਾਰਾਇਣ ਦੀ ਇਹ ਹੱਤਿਆ। ਇਹਨਾਂ ਸਾਰੀਆਂ ਘਟਨਾਵਾਂ ਨੂੰ ਜੇ ਆਪਾਂ ਇੱਕ ਲੜੀ ਦੇ ਵਿੱਚ ਵੇਖੀਏ, ਇੱਕ ਸੀਰੀਜ਼ ਦੇ ਵਿੱਚ ਵੇਖੀਏ ਤਾਂ ਸਮਝ ਵਿੱਚ ਆਉਂਦਾ ਵੀ ਬਹੁਤ ਸਿੰਪਲ ਅਤੇ ਬਹੁਤ ਹੀ ਆਈਡੈਂਟੀਫਾਈਬਲ ਪੁਆਇੰਟਸ ਸਨ, ਪ੍ਰੈਸ਼ਰ ਪੁਆਇੰਟਸ ਸਨ, ਜਿੱਥੇ ਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਇੱਥੇ ਕੁਛ ਐਸੀ ਗਲਤੀ ਹੋਈ ਜਿਹਦੇ ਕਾਰਨ ਕਿ ਇੱਕ ਵੱਖਰਾ ਟਰਨ ਆਇਆ ਪੂਰੀ ਹਾਲਾਤ ਦੇ ਵਿੱਚ, ਪੂਰੀ ਸਿਚੁਏਸ਼ਨ ਦੇ ਵਿੱਚ। 1981 ਤੋਂ ਬਾਅਦ 1981, 82 ਅਤੇ 83 ਦੇ ਉਹ ਘਟਨਾਕ੍ਰਮ ਦੇ ਉੱਤੇ ਅਗਲੇ ਵੀਡੀਓਜ਼ ਦੇ ਵਿੱਚ ਵਿਸਤਾਰ ਨਾਲ ਗੱਲ ਕਰਾਂਗੇ। ਇੱਕ ਹੋਰ ਅਹਿਮ ਪਹਿਲੂ ਜੋ ਕਿ ਲਾਲਾ ਜਗਤ ਨਾਰਾਇਣ ਹੋਣਾ ਨਾਲ ਜੁੜਦਾ ਹੈ, ਜਿਸ ਨੂੰ ਕਿ ਆਪਾਂ ਇਸ ਪੂਰੇ ਘਟਨਾਕ੍ਰਮ ਤੋਂ ਬਿਲਕੁਲ ਵੀ ਅਲੱਗ ਕਰਕੇ ਨਹੀਂ ਵੇਖ ਸਕਦੇ, ਉਹਨਾਂ ਦੀ ਉਹ ਗਵਾਹੀ ਹੈ। ਬਤੌਰ ਇੱਕ ਵਿਟਨੈਸ ਉਹਨਾਂ ਨੇ ਨਿਰੰਕਾਰੀ ਕਾਂਡ ਦੇ ਵਿੱਚ ਇੱਕ ਗਵਾਹੀ ਦਿੱਤੀ, ਜੋ ਕਿ ਉਸ ਕਮਿਸ਼ਨ ਦੇ ਅੱਗੇ, ਉਸ ਅਦਾਲਤ ਦੇ ਅੱਗੇ ਦਿੱਤੀ ਗਈ, ਜਿਸ ਵਿੱਚ ਕਿ ਬਾਅਦ ਦੇ ਵਿੱਚ ਨਿਰੰਕਾਰੀ ਜਿਹੜੇ ਹਮਲਾਵਰ ਸਨ ਜਾਂ ਨਿਰੰਕਾਰੀ ਜਥੇਬੰਦੀ ਨਾਲ ਜੁੜੇ ਹੋਏ ਜਿੰਨੇ ਵੀ ਉਹ ਲੋਕ ਸਨ ਜਿਨ੍ਹਾਂ ਨੇ ਕਿ 13 ਅਪ੍ਰੈਲ 1978 ਨੂੰ ਉਸ ਖੂਨੀ ਸੰਘਰਸ਼ ਦੇ ਵਿੱਚ ਗੋਲੀਆਂ ਚਲਾਈਆਂ, ਫਾਇਰਿੰਗ ਕੀਤੀ ਹੈ, ਜਿਨ੍ਹਾਂ ਦੇ ਹੱਥੋਂ ਸਿੱਖ ਮਾਰੇ ਗਏ, ਉਹ ਸਾਰਿਆਂ ਨੂੰ ਅਦਾਲਤਾਂ ਨੇ ਦੋਸ਼ ਮੁਕਤ ਕਰਤਾ। ਅਦਾਲਤਾਂ ਵੱਲੋਂ ਉਹਨਾਂ ਨੂੰ ਦੋਸ਼ ਮੁਕਤ ਕੀਤੇ ਜਾਣ ਦਾ ਜਿਹੜਾ ਕਾਰਨ ਵੱਡਾ ਦੱਸਿਆ ਗਿਆ ਉਹ ਇਹ ਸੀ ਵੀ ਇਹ ਜਿਹੜੇ ਨਿਰੰਕਾਰੀ ਸਮਰਥਕ ਸਨ ਇਹਨਾਂ ਨੇ ਆਪਣੇ ਡਿਫੈਂਸ ਦੇ ਵਿੱਚ ਗੋਲੀ ਚਲਾਈ, ਯਾਨੀ ਕਿ ਜਿਹੜੇ ਸਿੱਖ ਸਮਰਥਕ ਅਖੰਡ ਕੀਰਤਨੀ ਜੱਥੇ ਅਤੇ ਭਿੰਡਰਾਂ ਜੱਥੇ ਦੇ ਸਨ ਉਹਨਾਂ ਵੱਲੋਂ ਪਹਿਲਾਂ ਅਗਰੈਸਿਵ ਹੋਇਆ ਗਿਆ, ਬਾਅਦ ਦੇ ਵਿੱਚ ਜਦੋਂ ਅਗਰੈਸਿਵ ਸਨ ਤਾਂ ਇਹਨਾਂ ਨੇ ਰਿਟੈਲੀਏਸ਼ਨ ਦੇ ਰੂਪ ਵਿੱਚ ਗੋਲੀ ਚਲਾਈ। ਸੋ ਇਹ ਕਲੀਨ ਚਿੱਟ ਜਾਂ ਇੱਕ ਤਰੀਕੇ ਦਾ ਇੱਕ ਰਿਲੀਫ ਬੜੀ ਵੱਡੀ ਨਿਰੰਕਾਰੀਆਂ ਦੇ ਪੱਖ ਨੂੰ ਅਦਾਲਤਾਂ ਵੱਲੋਂ 1978 ਦੇ ਉਸ ਨਿਰੰਕਾਰੀ ਕਾਂਡ ਦੇ ਵਿੱਚ ਮਿਲਣ ਦੇ ਵਿੱਚ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ, ਅਤੇ ਇਹ ਇੱਕ ਕਾਰਨ ਵੀ ਬਣਿਆ ਬਾਅਦ ਦੇ ਵਿੱਚ ਉਸ ਕੁੜੱਤਣ ਦਾ, ਕਿਉਂਕਿ ਲਾਲਾ ਜਗਤ ਨਾਰਾਇਣ ਇੱਕ ਅਹਿਮ ਚਸ਼ਮਦੀਦ ਦੇ ਰੂਪ ਵਿੱਚ ਉਸ ਅਦਾਲਤ ਦੇ ਸਾਹਮਣੇ ਪੇਸ਼ ਹੋਏ ਅਤੇ ਉਹਨਾਂ ਨੇ ਆਪਣੀ ਗਵਾਹੀ ਠੋਕ ਕੇ ਦਿੱਤੀ, ਜੋ ਕਿ ਨਿਰੰਕਾਰੀਆਂ ਦੇ ਹੱਕ ਵਿੱਚ ਭੁਗਤੀ। ਇਹ ਕਾਰਨ ਸੀ ਜੋ ਕਿ ਲਾਲਾ ਜਗਤ ਨਾਰਾਇਣ ਨੂੰ ਕਾਫੀ ਹੱਦ ਤੱਕ ਉਹਨਾਂ ਕੱਟਰ ਐਲੀਮੈਂਟਸ ਦੇ ਨਿਸ਼ਾਨੇ 'ਤੇ ਲੈ ਕੇ ਆ ਚੁੱਕਾ ਸੀ, ਜਿਸ ਦੇ ਕਾਰਨ ਬਾਅਦ ਦੇ ਵਿੱਚ ਕਿ ਉਹਨਾਂ ਦੀ ਹੱਤਿਆ ਕੀਤੀ ਗਈ। ਹਾਲਾਂਕਿ ਉਹਨਾਂ ਵੱਲੋਂ ਲਗਾਤਾਰ ਆਪਣੀਆਂ ਅਖਬਾਰਾਂ ਦੇ ਵਿੱਚ ਬਹੁਤ ਸੇ ਐਸੇ ਕ੍ਰਿਟੀਕਲ ਆਰਟੀਕਲ ਲਿਖੇ ਗਏ, ਭਿੰਡਰਾਂਵਾਲੇ ਨੂੰ ਲਗਾਤਾਰ ਨਿਸ਼ਾਨੇ 'ਤੇ ਰੱਖਿਆ ਗਿਆ, ਲੇਕਿਨ ਬਾਅਦ ਦੇ ਵਿੱਚ ਜਿਵੇਂ ਕਿ ਸਪਸ਼ਟ ਹੋਇਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਰਿਸਪੋਂਸੀਬਲ ਨਹੀਂ ਸਨ ਉਹਨਾਂ ਦੀ ਮੌਤ ਲਈ, ਲੇਕਿਨ ਬਹੁਤ ਸੇ ਐਸੇ ਅਨਸਰ ਉਹਨਾਂ ਦੇ ਨਾਲ ਖਾਰ ਖਾਈ ਬੈਠੇ ਸਨ, ਉਹਨਾਂ ਦੇ ਐਸੇ ਮੁਫਾਦ ਸਨ ਕਿ ਲਾਲਾ ਜਗਤ ਨਾਰਾਇਣ ਨੂੰ ਮਾਰ ਮੁਕਾਇਆ ਜਾਏ, ਜੋ ਕਿ ਹੋਇਆ ਵੀ। ਅਤੇ ਉਸ ਤੋਂ ਬਾਅਦ ਦੇ ਜਿਹੜੇ ਅਗਲੇ ਕੁਛ ਸਾਲ ਸਨ, ਯਾਨੀ ਕਿ 1981 ਦੇ ਇਸ ਘਟਨਾ ਤੋਂ ਬਾਅਦ 1982 ਅਤੇ 83, ਉਹ ਵੀ ਕਾਫੀ ਮਹੱਤਵਪੂਰਨ ਸਨ, ਬਹੁਤ ਸੀ ਐਸੀਆਂ ਕ੍ਰਿਟੀਕਲ ਡਿਵੈਲਪਮੈਂਟਸ ਰਹੀਆਂ ਨੇ ਪ੍ਰੈਜ਼ੀਡੈਂਟ ਰੂਲ ਲੱਗਣ ਤੱਕ ਪੰਜਾਬ ਦੇ ਵਿੱਚ, ਜੋ ਕਿ ਵਿਚਾਰ ਮੰਗਦੀਆਂ ਨੇ। ਆਉਣ ਵਾਲੇ ਵੀਡੀਓ ਦੇ ਵਿੱਚ ਉਸ ਉੱਤੇ ਗੱਲ ਕਰਾਂਗੇ, ਅਤੇ ਗੱਲ ਕਰਾਂਗੇ ਵੀ ਕਿਸ ਤਰੀਕੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲੀਆਂ ਦੇ ਵਿੱਚ ਜਿਹੜੀ ਧਰਮਯੁੱਧ ਮੋਰਚੇ ਦੇ ਵਿੱਚ ਸਾਂਝ ਕਿਨ ਕਾਰਨਾਂ ਅਤੇ ਕਿਹੜੀਆਂ ਗੱਲਾਂ ਬਾਤਾਂ ਉੱਤੇ ਬਣੀ, ਚੌਂਕ ਮਹਿਤੇ ਦੀ ਉਹ ਕਿਹੜੀ ਘਟਨਾ ਸੀ, ਚੌਂਕ ਮਹਿਤੇ ਦੀ ਘਟਨਾ ਦੇ ਉੱਤੇ ਕਿਹੜੀ ਜਾਂਚ ਹੋਈ, ਅਤੇ ਬਾਅਦ ਦੇ ਵਿੱਚ ਕਿਹੜੇ ਸਿੰਘਾਂ ਨੂੰ ਉਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਕਾਰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਕਾਲੀਆਂ ਦੇ ਨਾਲ ਆਏ, ਇਕੱਠੇ ਹੋਏ ਧਰਮਯੁੱਧ ਮੋਰਚਾ ਇਕੱਠਾ ਸ਼ੁਰੂ ਕਰਨ ਦੇ ਵਿੱਚ ਭਿੰਡਰਾਂਵਾਲੇ ਅਤੇ ਅਕਾਲੀ ਦਲ ਕਾਮਯਾਬ ਤਾਂ ਰਹੇ, ਲੇਕਿਨ ਇਸ ਮੋਰਚੇ ਨੂੰ ਇਕੱਠੇ ਜ਼ਿਆਦਾ ਸਮੇਂ ਤੱਕ ਲੈ ਕੇ ਨਹੀਂ ਚੱਲ ਪਾਏ, ਅਤੇ ਸ਼ਾਇਦ ਇਹੀ ਵੱਡਾ ਕਾਰਨ ਵੀ ਬਾਅਦ ਵਿੱਚ ਬਣਿਆ ਕਿ ਇਕੱਠੀ ਕਮਾਂਡ ਨਹੀਂ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੱਕ ਵੱਖਰੀ ਸੋਚ ਰੱਖ ਰਹੇ ਸਨ, ਅਕਾਲੀ ਦਲਾਂ ਦਾ ਇੱਕ ਆਪਣਾ ਮਕਸਦ ਸੀ, ਉਹਨਾਂ ਦੇ ਆਪਣੇ ਇਰਾਦੇ ਸਨ। ਬਾਅਦ ਦੇ ਵਿੱਚ ਬੱਬਰ ਖਾਲਸਾ ਨੂੰ ਕਿਵੇਂ ਅਕਾਲੀ ਦਲ ਨੇ ਵਰਤਿਆ, ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਣਾ ਨੇ ਗੁਰੂ ਨਾਨਕ ਨਿਵਾਸ ਖਾਲੀ ਕਰਕੇ ਉਹਨਾਂ ਨੇ ਅਕਾਲ ਤਖਤ ਦੇ ਨਾਲ ਦੀ ਬਿਲਡਿੰਗ ਦੇ ਵਿੱਚ ਆਪਣਾ ਡੇਰਾ ਲਾਇਆ। ਇਹ ਸਾਰੀਆਂ ਗੱਲਾਂ ਬਾਤਾਂ ਅਤੇ ਉਹ ਤਮਾਮ ਘਟਨਾਕ੍ਰਮ ਦੇ ਉੱਤੇ ਗੱਲਬਾਤ ਵਿਸਥਾਰ ਨਾਲ ਹੋਏਗੀ ਆਉਣ ਵਾਲੇ ਅਗਲੇ ਕੁਝ ਵੀਡੀਓਜ਼ ਦੇ ਵਿੱਚ। ਸੋ ਤੁਸੀਂ ਜੁਟੇ ਰਹੋ ਰਿਤੇਸ਼ ਲੱਖੀ ਅਨਪਲੱਗ ਦੇ ਨਾਲ, ਅਤੇ ਸਾਡੇ ਵੀਡੀਓਜ਼ ਅਤੇ ਸਾਡੇ ਰਿਪੋਰਟਸ ਵੇਖਦੇ ਰਹੋ।